Hello friends, ਅੱਜ ਆਪਾਂ ਤੁਹਾਨੂੰ ਇੱਕ ਵਿਨੀਪੈਗ ਦਾ ਹੋਰ ਏਰੀਆ ਦਿਖਾਉਂਦੇ ਹਾਂ। ਇਹਨੂੰ ਕਹਿੰਦੇ ਆ ਬ੍ਰਿਜ ਵਾਟਰ, ਨਵਾਂ ਏਰੀਆ ਵੀ ਬਣਿਆ। ਚਲੋ ਦੇਖਦੇ ਹਾਂ ਇਹਦਾ ਕਿੱਦਾਂ ਦਾ। ਆਪਾਂ ਫਿਰ ਆਪਾਂ ਲੈ ਕੇ ਆਏ ਹਾਂ ਆਪਣੇ ਕੈਮਰਾਮੈਨ ਨਾਲ, ਅਤੇ ਉਹ ਕੈਮਰਾ ਫੜੂਗੀ ਅਤੇ ਆਪਾਂ ਵੀਡੀਓ ਬਣਾਉਂਦੇ ਹਾਂ। ਸਨੋ ਪੈ ਰਹੀ ਹੈ ਇੱਥੇ ਅਤੇ ਥੋੜ੍ਹੀ ਠੰਡ ਵੀ ਹੋ ਗਈ ਹੈ, ਪਰ ਆਪਾਂ ਚੱਲਦੇ ਹਾਂ। ਆ ਏਰੀਏ ਨੂੰ ਸਿਰਫ ਹੋਏ ਆ 2 ਸਾਲ ਬਣੇ, ਇੱਧਰ ਕੰਸਟਰਕਸ਼ਨ ਚੱਲ ਰਿਹਾ, ਆ ਕੌਂਡੋ ਬਣ ਗਏ ਕਾਫੀ, ਅਤੇ ਆ ਕੌਂਡੋ ਤਾਂ ਬਹੁਤ ਸੋਹਣੇ ਬਣੇ ਆ, ਅਪਾਰਟਮੈਂਟ ਸਟਾਈਲ ਦੇ ਬਣ ਗਏ, ਪਰ ਤੁਸੀਂ ਮੁੱਲ ਲੈ ਸਕਦੇ ਹੋ ਜਾਂ ਰੈਂਟ 'ਤੇ ਵੀ ਲੈ ਸਕਦੇ ਹੋ। ਇੱਧਰ ਕੰਸਟਰਕਸ਼ਨ ਹਲੇ ਚਾਲੂ, ਇਹ ਜਿਹੜਾ ਸਾਊਥ ਪੁਆਇੰਟ ਆ ਜਿਹਦੀ ਆਪਾਂ ਪਹਿਲਾਂ ਵੀਡੀਓ ਪਾਈ ਸੀਗੀ ਉਹਦੇ ਕੋਲ ਹੀ ਆ, ਇੰਨੀ ਦੂਰ ਨਹੀਂ ਗਾ, 5 ਮਿੰਟ ਦਾ ਰਾਸਤਾ ਉੱਥੋਂ। ਪਰ ਇੱਧਰ ਵੀ ਘਰ ਵਧੀਆ ਬਣ ਗਏ, ਥੋੜ੍ਹੇ ਇੰਡੀਅਨ ਸਟਾਈਲ ਦੇ ਆ। ਇੱਧਰ ਆਹ ਪੈ ਜਾਂਦੇ ਆ ਰੈਂਡਵੂ ਨੂੰ ਕਹਿੰਦੇ ਆ, ਜਾਂ ਰੌਂਡੇਵੂ, ਅਤੇ ਇਹਨਾਂ ਦੇ ਵਿੱਚ ਦੀ ਹੋਕੀ ਸਟਾਪ ਸਾਈਨ ਵਾਂਗ ਹੋਈਆਂ ਇਹ, ਪਰ ਇੱਥੇ ਸਟਾਪ ਨਹੀਂ ਕਰਨਾ ਪੈਂਦਾ। ਆਹ ਘਰ ਹੈਗੇ ਆ 4-5-6 ਲੱਖ ਦੇ, ਜਿਹੜੇ ਵੱਡੇ ਆ ਉਹ 7 ਦੇ ਵੀ ਹੋਣੇ ਵਿੱਚ ਵਿੱਚ, ਪਰ ਇਸ ਪ੍ਰਾਈਸ ਰੇਂਜ 'ਚ ਆਏ। ਅੱਧਲੇ ਘਰ ਕੰਸਟਰਕਸ਼ਨ ਚੱਲ ਰਿਹਾ ਉੱਧਰ ਹਾਲੇ, ਇਹ ਵਾਰੀ ਜਿੱਦਾਂ ਜਿੱਦਾਂ ਬਣਦੇ ਆ ਉੱਦਾਂ ਤਾਂ ਵੇਖ ਵੀ ਜਾਂਦੇ ਆ, ਅਤੇ ਕਈ ਵਾਰੀ ਲੋਕ ਆਪਣੇ ਪ੍ਰਾਈਵੇਟਲੀ ਬਣਵਾ ਲੈਂਦੇ ਆ, ਕੰਸਟਰਕਸ਼ਨ ਨੂੰ ਦੱਸ ਦਿੰਦੇ ਵੀ ਕਿੱਦਾਂ ਦਾ ਚਾਹੀਦਾ ਸਾਨੂੰ ਘਰ। ਜਿੱਦਾਂ ਆਹ ਘਰ ਹੋਇਆ ਨਹੀਂ, ਸਾਈਕਲ ਆਇਆ ਹੋਇਆ ਨਵੇਂ ਆ, ਵੀ ਸੇਲ 'ਤੇ ਆ, ਸ਼ੋ ਹੋਮ ਲੱਗੇ ਹੋਏ ਇੱਧਰ। ਇੱਧਰ ਇੱਕ ਲੇਕ ਵਾ, ਮੈਨ ਮੇਡ ਵਾ, ਉੱਧਰ ਬਹੁਤ ਵੱਡਾ ਕੰਸਟਰਕਸ਼ਨ ਚੱਲ ਰਿਹਾ, ਜਿਮ ਬਣ ਗਿਆ, ਹੋਰ ਫੈਸਿਲਿਟੀਜ਼ ਬਣ ਗਈਆਂ ਉੱਧਰ, ਆਪਾਂ ਉੱਧਰ ਦੀ ਆਉਂਦੇ ਹਾਂ ਦੁਬਾਰਾ ਮੁੜ ਕੇ। ਉਹ ਅਪਾਰਟਮੈਂਟ ਆ ਸਾਹਮਣੇ, ਉਹਦੇ ਵਿੱਚ ਕਾਫੀ ਲੋਕ ਰਹਿੰਦੇ ਆ, ਮੈਂ ਤਾਂ ਆਲਮੋਸਟ ਫੁੱਲੇ ਲੱਗਦੀ ਹਾਂ। ਇਸ ਏਰੀਆ ਦੇ ਵਿੱਚ ਵੀ ਘਰ ਇੰਨੇ ਕੁ ਦੇ ਰੇਂਜ ਦੇ ਆ ਜਾਂਦੇ ਆ, 5-6 ਲੱਖ ਦੇ, ਥੋੜ੍ਹੇ 4-5 ਲੱਖ ਦੇ ਵੀ ਹੋਣੇ, ਜਿੱਦਾਂ ਥੋੜ੍ਹੇ ਛੋਟੇ ਘਰ ਹੋਣ, ਅਤੇ ਇੱਧਰ ਥੋੜ੍ਹੇ ਵੱਡੇ ਆ। ਆਪਾਂ ਇੱਧਰ ਨੂੰ ਚੱਲਦੇ ਹਾਂ, ਇਹ ਦੇਖਦੇ ਇੱਧਰ ਕੀ ਹੈ।
ਏਰੀਆ ਹੈਗਾ ਬ੍ਰਿਜ ਵਾਟਰ, ਇਹਦੇ ਨਾਲ ਦੇ ਹੋਰ ਵੀ ਬਣ ਗਏ ਜਿੱਦਾਂ ਬ੍ਰਿਜ ਵਾਟਰ ਟ੍ਰੇਲ, ਆ ਘਰਾਂ ਦੇ ਬੈਕ ਸਾਈਡ ਵਾ ਤੇ ਦੂਜੇ ਪਾਸੇ ਇਹਨਾਂ ਦਾ ਫਰੰਟ ਸਾਈਡ ਆ, ਤੇ ਉਹ ਜਿਹੜਾ ਸਾਹਮਣੇ ਸਟਰਕਚਰ ਵਾ ਇਹ ਹੈਗਾ ਆ, ਇੱਥੇ ਫਾਊਂਟਨ ਜੇ ਲੱਗੇ ਹੋਏ ਆ, ਸਮਰ ਨੂੰ ਵਿੱਚ ਫਾਊਂਟਨ ਚੱਲਦੇ ਆ ਫਿਰ ਕਲਰਫੁੱਲ ਹੁੰਦੇ ਆ, ਸਿੱਧੇ ਚੱਲਦੇ ਆ ਤੇ ਦੇਖਦੇ ਕੀ ਆ, ਉਧਰ ਤਾਂ ਐਂਡੇ ਹੋ ਰਿਹਾ ਜਿੱਧਰ ਉਹ ਕਾਰ ਜਾਂਦੀ ਹੈ, ਪਰ ਆਪਾਂ ਦੇਖ ਆਉਂਦੇ ਹਾਂ ਦੇਖ ਸਕਦੇ ਹੋ, ਇੱਧਰ ਘੱਟੇ ਘਰ ਵਾ ਉੱਧਰ ਵਾ ਪਰਲੇ ਪਾਸੇ, ਬਟ ਇੱਧਰ ਹੈ ਨਹੀਂ ਕੁਛ ਵੀ, ਇੱਧਰ ਪਾਰਕ ਜੀ ਲੱਗਦੀ ਇੱਕ ਹੋਰ ਪਲੇ ਸਟਰਕਚਰ ਜੀ ਲੱਗੇ ਹੋ, ਵੀ ਕੰਸਟਰਕਸ਼ਨ ਚੱਲ ਰਿਹਾ ਹਾਲੇ, ਆ ਤਾਰਾਂ ਹੀ ਪਾਉਂਦੇ ਆ ਅੰਡਰਗਰਾਊਂਡ, ਤੇ ਪਰ ਲੋਕ ਇੱਧਰ ਰਹਿਣ ਲੱਗ ਪਏ ਹਾਲੇ, ਕਈ ਘਰ ਬਣੇ ਹੋ ਕਈ ਨਹੀਂ ਬਣੇ, ਆਪਾਂ ਉਸ ਏਰੀਆ ਚ ਆ ਗਏ ਜਿੱਥੋਂ ਆਪਾਂ ਪਹਿਲਾਂ ਆਏ ਸੀਗੇ, ਜਿੱਥੋਂ ਸ਼ੁਰੂ ਕੀਤੀ ਸੀ ਵੀਡੀਓ, ਇਹ ਹਾਲੇ ਏਰੀਆ ਕਾਫੀ ਵੱਡਾ ਆ, ਪਰ ਆਪਾਂ ਉਹ ਵੀਡੀਓ ਬਹੁਤ ਲੰਬੀ ਹੋ ਜਾਣੀ, ਫਿਰ ਆਪਾਂ ਇੱਥੇ ਐਂਡ ਕਰ ਦਿੰਦੇ ਹਾਂ, ਅਤੇ ਅਗਲੀ ਵੀਡੀਓ 'ਚ ਤੁਹਾਨੂੰ ਆਪਾਂ ਹੋਰ ਏਰੀਆ ਦਿਖਾਉਣਗੇ ਵਿਨੀਪੈਗ ਦੇ, ਪਰ ਥੈਂਕ ਯੂ ਫੋਰ ਵਾਚਿੰਗ।